हाँ हेलो, कुछ नहीं ठीक है। मम्मी की कर दिस रनिंग वाला कह रहा, मम्मी का फोन आया है पेट। मम्मी हाँ जी, होगी गल? गुड मॉर्निंग। हाँ जी, होगी गल? ठीक है जी, ते चलो फिर। अच्छा, मम्मी दे फोन ते आया सी, मम्मी ने गल करनी सी। गुड मॉर्निंग, किवें हो सारे? ठीक ठाक हो? कल किसी ने कहा सीगा जी, पूछ लिया करो हाल चाल, पूछना हुंदा है। तुसी दस्सिया होर सुनाओ, किद्दा ठीक ठाक? रोटी पानी छक लिया कि नहीं हजे? असीं तां पकौड़े ही खाए। की बनाया अज फिर? नहीं, रात नूं देखणी वीडियो। की बनाया फिर अज? दस्सो सासा च किहदे किहदे घरे मुर्गी बणी आ, ਕਿਹਨਾਂ ਦੇ ਮਸਰਾਂ ਦੀ ਦਾਲ ਬਣੀ ਆ। ਚਲੋ ਨਹੀਂ, ਕੋਈ ਨਹੀਂ, ਜੋ ਵੀ ਬਣਿਆ ਦੱਸ ਦਿਓ। ਠੀਕ ਆ ਜੀ, ਤੇ ਅੱਜ ਦਾ ਵਲੌਗ ਆਪਾਂ ਲੱਗੇ ਆ ਸਟਾਰਟ ਕਰਨ। ਅੱਜ ਆਪਾਂ ਕੀ ਕਰਨਾ? ਅੱਜ ਅਸੀਂ ਨਾ ਗੱਡੀ ਦੇਖਣੀ ਆ। ਐ ਨਹੀਂ ਯਾਰ, ਕਹਿਣ ਦੱਸਣਾ ਸੀਗਾ ਯਾਰ, ਦੂਜੀ ਤਰ੍ਹਾਂ ਦੱਸ ਯਾਰ, ਮੈਨੂੰ ਨਹੀਂ ਪਤਾ ਦੱਸ। ਠੀਕ ਆ ਜੀ, ਤੇ ਅੱਜ ਆਪਾਂ ਚੱਲੇ ਆ ਇੱਕ ਕੰਮ, ਤੁਸੀਂ ਹੁਣ ਦੇਖਿਓ, ਬਣੇ ਰਹੋ ਬਸ। ਅੱਜ ਕੁਛ ਘੈਂਟ ਜੀ ਗੱਲਬਾਤ ਹੋਣ ਲੱਗੀ, ਘੈਂਟ ਜਿਹੀ। ਮੈਂ ਨਾ ਇੱਕ ਚੀਜ਼, ਤੁਸੀਂ ਮੈਨੂੰ ਪੁੱਛਦੇ ਸੀ ਤੁਸੀਂ ਗੱਡੀ ਵਾਲਾ ਤਾਂ ਦਿਖਾਉਂਦੇ ਨਹੀਂ ਹੈਗੇ ਵਲੌਗ, ਫਿਰ ਮੈਂ ਹੁਣ ਪਵਨ ਨੂੰ ਕਹਿਤਾ ਵੀ ਮੈਂ ਇਹ ਵਾਲੀ ਨਹੀਂ ਸਿੱਖਣੀ, ਮੈਨੂੰ ਨਵੀਂ ਲੱਗਦੀ, ਫਿਰ ਮੈਂ ਉਹ ਸਿੱਖੂੰਗਾ। ਹੁਣ ਮੈਂ ਕਰਨ ਨੂੰ ਮਿੰਨੀ ਕੂਪਰ ਲੈ ਕੇ ਦੇਣੀ ਆ, ਨੀ ਮਿੰਨੀ ਕੂਪਰ ਲੈ ਦੂੰਗਾ। ਤੂੰ ਫੁਕਰੀ ਫੁਕਰਾ ਫੁਕਰੀ ਆਈ ਆ ਕਹਿੰਦਾ ਤੈਨੂੰ ਹੁਣ ਪਤਾ ਕੀ ਲੈ ਕੇ ਜਾਣਾ, ਜਿਹੜੀ ਆਟੋ ਨਹੀਂ ਹੁੰਦੀ ਦੇਖੀ ਭੁੰਡੀ, ਤੈਨੂੰ ਉਹ ਲੈ ਕੇ, ਉਹ ਚ ਸਿੱਖੀ ਤੂੰ ਸਿੱਖ ਜਾਣੀ, ਮੈਨੂੰ ਪਤਾ। ਜੇ ਤੂੰ ਆਟੋ ਚਲਾ ਕੇ ਫਿਰ ਤੂੰ ਕੋਈ ਵੀ ਗੱਡੀ ਚਲਾ ਸਕਦੀ, ਤੂੰ ਕਾਮਯਾਬ ਹੋ ਜਾਣਾ। ਤੇ ਨਹੀਂ ਯਾਰ, ਮਜ਼ਾਕ ਕਰਦੀ ਆ ਮੈਂ, ਵੈਸੇ ਇਦਾਂ ਹੀ ਆ ਕਿ ਹਾਂ ਇਹ ਨਹੀਂ ਸਿੱਖਣੀ, ਮੈਂ ਹੁਣ ਉਹੀ ਸਿੱਖੂੰਗੀ ਤੇ ਆਪਾਂ ਜਲਦੀ ਜਲਦੀ। ਇੱਕ ਨਾ ਸਾਨੂੰ ਅੱਜ ਘਰੋਂ ਖੁੱਲ ਮਿਲ ਗਈ, ਘਰੋਂ ਡੈਡੀ ਕਹਿੰਦੇ, ਡੈਡੀ ਕਹਿੰਦੇ ਕਣਕ ਹੋ ਜਾਣੀ ਜੇ, ਕਣਕ ਵੀ ਹੋ ਜਾਣੀ ਆ, ਮੱਕੀ ਵੀ ਹੋ ਜਾਣੀ ਆ, ਤੇ ਜਨਵਰੀ ਕਹਿੰਦਾ ਦੇਖਿਓ ਗੱਡੀ ਗੁੱਡੀ ਕੋਈ ਕਿਹੜੀ। ਡੈਡੀ ਕਹਿੰਦੇ ਤੁਸੀਂ ਪਸੰਦ ਕਰ ਲਓ, ਹਾਂ ਡੈਡੀ ਨੇ ਲਿਮਿਟ ਵੀ ਦੱਸ ਦਿੱਤੀ ਆ ਵੀ ਇੰਨੇ ਕੁ ਤੱਕ ਦੇਖ ਲਿਓ। ਅਸੀਂ ਤੁਹਾਨੂੰ ਗੱਡੀਆਂ ਦਿਖਾਵਾਂਗੇ ਅੱਜ ਤੋਂ, ਮੈਨੂੰ ਲੱਗਦਾ 4-5 ਗੱਡੀ ਤੁਹਾਨੂੰ ਦਿਖਾ ਲਾਂਗੇ, ਤੁਸੀਂ ਫਿਰ ਉਹ ਚੋਂ ਸਿਲੈਕਟ ਕਰਕੇ ਸਾਨੂੰ ਦੱਸਿਓ ਕਿਹੜੀ ਗੱਡੀ ਲੈਣੀ। ਅਸੀਂ ਸਿਲੈਕਟ ਕੀਤੀਆਂ ਆਪਣੇ ਲਈ, ਹਾਂ ਅੱਜ ਜਿਹੜੀ ਰੇਂਜ ਸਾਨੂੰ ਚਾਹੀਦੀ ਆ, ਸੋ ਆਪਾਂ ਉਹਨਾਂ ਚੋਂ ਦੇਖਾਂਗੇ ਤੇ ਸਿਲੈਕਟ ਤੁਸੀਂ ਵੀ ਨਾਲ ਸਿਲੈਕਟ ਕਰਿਓ। ਅਸੀਂ 5 ਕਿ ਦਿਨਾਂ ਨੂੰ ਟੈਸਟ ਡਰਾਈਵ ਲਵਾਂਗੇ, ਕੱਲ ਨੂੰ ਨਹੀਂ, ਅੱਜ ਦਾ ਲੈ ਲਈ ਜਦੋਂ ਬਿਜ਼ੀ ਨਾ ਹੋਏ, ਵਿਹਲੇ ਹੋਈ ਤਾਂ ਅੱਜ ਅਸੀਂ ਵਿਹਲੇ ਆ, ਅੱਜ ਕਿਸੇ ਗੱਡੀ ਟੈਸਟ ਡਰਾਈਵ ਲਵਾਂਗੇ, ਤੁਸੀਂ ਦੱਸਿਓ ਕਿੱਦਾਂ ਦੀ ਗੱਡੀ ਆ, ਕਿਉਂਕਿ ਕਈਆਂ ਕੋਲ ਉਹ ਗੱਡੀ ਹੁੰਦੀ ਆ, ਸਾਨੂੰ ਹਜੇ ਘੱਟ ਨੌਲੇਜ ਆ। 5-6 ਸਿਲੈਕਟ ਕੀਤੀਆਂ ਤੁਸੀਂ ਉਹਨਾਂ ਚੋਂ ਸਾਨੂੰ ਦੱਸ ਦਿਓ, ਕਿਉਂਕਿ ਸਾਨੂੰ ਹਜੇ ਘੱਟ ਨੌਲੇਜ ਆ ਗੱਡੀਆਂ ਬਾਰੇ ਸੱਚ ਤਾਂ। ਹੁਣ ਹਾਂਜੀ ਠੀਕ ਹੈ ਜੀ, ਤੇ ਚਲੋ ਹੁਣ ਆਪਾਂ ਰੈਡੀ ਸਟੈਡੀ ਹੋ ਕੇ ਮਿਲਦੇ ਹਾਂ, ਫਿਰ ਰੋਟੀ ਪਾਣੀ ਆਪਾਂ ਘਰੇ ਆ ਕੇ ਦੁਬਾਰਾ ਖਾਵਾਂਗੇ, ਠੀਕ ਹੈ ਜੀ, ਤੇ ਚਲੀਏ ਜੀ। ਹਾਂਜੀ, ਤੁਸੀਂ ਸਾਰੇ ਜਿਹਨੇ ਪੁੱਛਦੇ ਸੀਗੇ ਕਿ ਆਂਟੀ ਅੰਕਲ ਜੀ ਦਾ ਦੱਸ ਦਿਓ ਵੀ ਮਤਲਬ ਠੀਕ ਨੇ। ਹਾਂਜੀ ਹਾਂਜੀ, ਉਹ ਤੁਹਾਨੂੰ ਮੈਂ ਦੱਸਦੀ, ਮੈਂ ਦੱਸਦੀ ਹਾਂ, ਮੈਂ ਦੱਸਦੀ ਹਾਂ। ਇਹ ਤੂੰ ਨਾ ਬੋਲ, ਮੈਂ ਨਾ ਬੋਲ, ਤੈਨੂੰ ਮੈਂ ਦੱਸਦਾ, ਨਾ ਬੋਲ, ਨਾ ਬੋਲਿਆ ਕਰ ਇਹਨਾਂ ਨੂੰ, ਹਟ ਜਾ ਹਟ ਜਾ ਕਰ ਕਿਸੇ ਟਾਈਮ। ਤੇ ਮੰਮੀ ਹੋਣੀ ਬਿਲਕੁਲ ਠੀਕ ਨੇ, ਤੇ ਖਤਮ ਹੋ ਜਾਣਾ, ਤੁਹਾਨੂੰ ਕੁਛ ਨੀ ਦਿਖਾ ਲੈਣਾ, ਠੀਕ ਹੈ ਚੰਗਾ ਜੀ, ਤੇ ਹੁਣ ਆਪਾਂ ਤੁਹਾਨੂੰ ਟਾਈਮ ਬਾਅਦ ਮਿਲਦੇ ਹਾਂ ਰੈਡੀ ਸਟੈਡੀ ਹੋ ਕੇ, ਚੱਲੇ ਚੱਲ ਤਿਆਰ ਹੋ, ਚੰਗਾ ਜੀ। ਮਿੱਠੀ ਲੱਸੀ ਕਿਹਨੂੰ ਪਸੰਦ ਆ? ਮੈਨੂੰ ਹੀ ਥੋੜੀ ਪੀ ਲਾ। ਹਾਂਜੀ, ਤੇ ਅਸੀਂ ਰੈਡੀ ਆ, 1:30 ਵੱਜ ਚੁੱਕਾ ਆ, ਬਟ ਮੈਂ ਸਵੇਰ ਦੀ ਰੈਡੀ ਹੋ ਕੇ ਬੈਠੀ ਆ, ਪਵਨ ਹੁਣ ਹੋਏ ਆ, ਕਿਉਂਕਿ ਅਸੀਂ ਲੇਟੈਸਟ ਹੀ ਹੋ ਗਏ ਆ, ਕਿਉਂਕਿ ਪਵਨ ਤੇ ਡੈਡੀ ਦੋਨੋਂ ਜਣੇ ਪਹਿਲਾਂ ਚਲੇ ਗਏ ਸੀ ਸ਼ਹਿਰ ਨੂੰ, ਥੋੜਾ ਜਿਹਾ ਕੰਮ ਸੀਗਾ, ਤੇ ਹੁਣ ਉਹ ਆਏ ਆ, ਤੇ ਬਸ ਹੁਣ ਡੈਡੀ ਨੂੰ ਰੋਟੀ ਰੋਟੀ ਫੜਾ ਕੇ ਫਿਰ ਅਸੀਂ ਚੱਲਦੇ ਹਾਂ, ਉੱਧਰ ਮੇਰੇ ਬ੍ਰਦਰ ਦਾ ਫੋਨ ਚੱਲਦਾ ਪਿਆ ਤੇ ਅਸੀਂ ਉਹ ਗੱਲ ਕਰਕੇ ਫਿਰ ਚੱਲਦੇ ਹਾਂ ਸ਼ਹਿਰ। ਲੇਟ ਕਰਾਇਆ ਇਹਨੇ, ਤੈਨੂੰ ਵੀ ਤਾਂ ਪਤਾ ਲੱਗੇ, ਘੰਟਾ ਘੰਟਾ ਤਿਆਰ ਹੋ ਕੇ ਰਹਿਣਾ ਕਿੰਨਾ ਔਖਾ ਕੰਮ ਆ, ਪਤਾ ਤੈਨੂੰ? ਕਦੋਂ ਤਿਆਰ ਹੋਇਆ ਮੇਰੇ ਤੋਂ ਪਹਿਲਾਂ? ਤੂੰ ਤਿਆਰ ਹੁੰਨੀ ਐ, ਉਹਦਾ ਇੱਕ ਘੰਟਾ ਮੈਂ ਵੀ ਖੜਦਾ। ਬਿਲਕੁਲ ਮਜ਼ਬੂਤ, ਮਤਲਬ
हाँ जी तो लो जी गड्डियां देखियां दो एक देखी मेनू सोहनी लगी बने रहो ਛੱਡ ਦੇ ਥੱਲੇ ਨੂੰ ਹੈਦੀ ਬਾਏ ਚਲੋ ਠੀਕ ਹੈ ਅੰਕਲ ਜੀ ਬਾਏ ਹਾਂਜੀ ਤੇ ਅਸੀਂ ਘਰੇ ਆ ਗਏ ਸੀਗੇ ਤੇ ਤੁਸੀਂ ਕਾਫੀ ਜਣੇ ਸੋਚਦੇ ਹੋਵੋਗੇ ਕਿ ਤੁਸੀਂ ਕਹਿੰਦੇ ਤਾਂ ਸੀਗੇ ਵੀ ਥਾਰ ਲੈਣੀ ਆ ਪਹਿਲਾਂ ਸਾਡਾ ਪਲਾਨ ਥਾਰ ਦਾ ਹੀ ਸੀਗਾ ਬਟ ਆਪਾਂ ਜਦੋਂ ਥਾਰ ਦਾ ਪਤਾ ਕਰਕੇ ਆਏ ਸੀ ਉਦੋਂ ਮੰਮੀ ਦੇ ਨਾਲ ਤਾਂ ਉਹ ਕਹਿੰਦੇ ਕਿ 10 ਮਹੀਨੇ 11 ਮਹੀਨੇ ਬੁਕਿੰਗ ਚੱਲਦੀ ਪਈ ਆ ਸੋ ਅਗਰ ਆਪਾਂ ਹੁਣ ਬੁੱਕ ਕਰਦੇ ਹਾਂ ਤਾਂ ਮਤਲਬ ਇਹ ਉਦੋਂ ਤੱਕ ਮਿਲੂਗੀ ਸਾਨੂੰ 10-11 ਮਹੀਨਿਆਂ ਦੇ ਬਾਅਦ 'ਚ ਸੋ ਸਾਨੂੰ ਲੱਗਾ ਵੀ ਇੰਨੀ ਵੇਟ ਕਰਨ ਨਾਲੋਂ ਤਾਂ ਹੈ ਨਾ ਬੈਟਰ ਆ ਕਿ ਅਸੀਂ ਹੋਰ ਕੋਈ ਲੈ ਲੈਂਦੇ ਹਾਂ ਜਦੋਂ ਥਾਰ ਮਿਲੂਗੀ ਉਦੋਂ ਥਾਰ ਸਹੀ ਸੋ ਤਾਂ ਕਰਕੇ ਅਤੇ ਬਾਕੀ ਅਸੀਂ ਹੁਣ ਮਨਪ੍ਰੀਤ ਵੀਰੇ ਉਹਨਾਂ ਦੇ ਘਰ ਜਾ ਕੇ ਆਏ ਹਾਂ ਅਤੇ ਥੋੜ੍ਹੀ ਦੇਰ ਬਹਿ ਕੇ ਗੱਲਾਂ ਗੁੱਲਾਂ ਮਾਰੀਆਂ ਬਹੁਤ ਵਧੀਆ ਸੁਭਾਅ ਲੱਗਾ ਉਹਨਾਂ ਦੇ ਮੰਮੀ ਹੋਣਾਂ ਦਾ ਵੀ ਅਤੇ ਬਸ ਉਹਨਾਂ ਦੇ ਦੋ ਡੋਗੀ ਆ ਉਹ ਵੀ ਬਹੁਤ ਵਧੀਆ ਸੀ ਬਹੁਤ ਪਿਆਰੇ ਸੀਗੇ ਅਤੇ ਚਲੋ ਠੀਕ ਆ ਹੁਣ ਥੋੜ੍ਹੀ ਦੇਰ ਰੋਕ ਕੇ ਮਿਲਦੇ ਹਾਂ ਮੈਂ ਮਾੜੇ ਹਾਂ ਵਲੋਗ ਐਡਿਟ ਕਰ ਲਵਾਂ ਅਤੇ ਬਾਕੀ ਦੀਆਂ ਕਲਿੱਪਸ ਬਾਅਦ 'ਚ ਐਡ ਕਰਦੇ ਹਾਂ ਇਹ ਕਿਹੜਾ ਸਟਾਈਲ ਆ ਛਿੱਤਰਾਂ ਦਾ ਭੂਤਣਾ ਆ ਇਹ ਹਾਂਜੀ ਤੇ ਲਓ ਜੀ ਇਹ ਸੀਗਾ ਸਾਡਾ ਅੱਜ ਦਾ ਵਲੌਗ ਵਲੌਗ ਤਾਂ ਕਾਹਦਾ ਸੀ ਥੱਲੇ ਨਿਕਲ ਹੁੰਦਾ ਜੀ ਵਲੌਗ ਤਾਂ ਕਾਹਦਾ ਸੀ ਤੁਹਾਡੇ ਤੋਂ ਐਡਵਾਈਸ ਹੀ ਲੈਣੀ ਆ ਬਸ ਤੇ ਕਿਹੜੀ ਆਪਾਂ ਗੱਡੀ ਲਈਏ ਠੀਕ ਹੈ ਜੀ ਇਹ ਮੈਂ ਹੁਣ ਦੋ ਗੱਡੀਆਂ ਮੈਂ 3 ਗੱਡੀਆਂ ਦੇਖੀਆਂ ਆਪਾਂ ਅਰਟੀਗਾ ਬਰੀਜ਼ਾ ਤੇ ਸਵਿਫਟ ਨਹੀਂ ਤੁਸੀਂ ਦੱਸਿਓ ਠੀਕ ਹੈ ਕਮੈਂਟ ਕਰਕੇ ਜਿਹਨਾਂ ਜਿਹਨਾਂ ਕੋਲ ਗੱਡੀਆਂ ਹੈਗੀਆਂ ਜਾਂ ਜਿਹਨਾਂ ਨੂੰ ਪਤਾ ਗੱਡੀਆਂ ਬਾਰੇ ਵੀ ਇਹਨਾਂ 3 ਗੱਡੀਆਂ 'ਚ ਕਿਹੜੀ ਗੱਡੀ ਵਧੀਆ ਆ ਇਹ ਵੀ ਆਪਾਂ ਰੱਖਾਂਗੇ ਅਲੱਗ ਠੀਕ ਹੈ ਜੀ ਅਤੇ ਹੋਰ ਵੀ ਦੱਸਿਓ ਕਿਹਦੀ ਟੈਸਟ ਡਰਾਈਵ ਲਈਏ ਆਪਾਂ ਠੀਕ ਹੈ ਜਿਹੜੀਆਂ ਤੁਹਾਨੂੰ ਗੱਡੀਆਂ ਮਤਲਬ ਵਧੀਆ ਲੱਗਦੀਆਂ ਆ ਠੀਕ ਹੈ ਜੀ ਨਹੀਂ ਤੁਸੀਂ ਮਤਲਬ ਸੁਜੈਸਟ ਕਰਿਓ ਅੱਜ ਦੀਆਂ ਵਿੱਚੋਂ ਵੀ ਇੱਕ ਕਰਿਓ ਫਿਰ ਕੱਲ੍ਹ ਦੀਆਂ 'ਚੋਂ ਵੀ ਕਰਿਓ ਪਰਸੋਂ ਨੂੰ ਫਿਰ ਉਹਨਾਂ ਵਿੱਚੋਂ ਅਸੀਂ ਦੇਖਾਂਗੇ ਕਿਹੜੀ ਜ਼ਿਆਦਾ ਵਧੀਆ ਆ ਫਿਰ ਉਹ ਤੁਸੀਂ ਜਵਾਬ ਦਿਓ ਠੀਕ ਹੈ ਜੀ ਫਿਰ ਉਹ ਗੱਡੀ ਆਪਾਂ ਲਵਾਂਗੇ ਠੀਕ ਹੈ ਆਹੀ ਮਹੀਨੇ ਕਹਿੰਦਾ ਨਹੀਂ ਆਹ ਮਹੀਨੇ ਲੈ ਜਾਣੀ ਬੁਕਿੰਗ ਚੱਲਦੀ ਨਹੀਂ ਗੱਡੀਆਂ ਦੀ ਮਤਲਬ ਜੇ ਤੁਸੀਂ ਹੁਣ ਦੱਸੋਗੇ ਫਿਰ ਬੁਕਿੰਗ ਕਰਾਵਾਂਗੇ ਅਗਲੇ ਮਹੀਨੇ ਸਟਾਰਟਿੰਗ 10 ਤਰੀਕ ਤੱਕ ਆਪਾਂ 10-15 ਤੱਕ ਲੈ ਲਾਂਗੇ ਠੀਕ ਹੈ ਜੀ ਅਤੇ ਜ਼ਰੂਰ ਕਮੈਂਟ ਕਰ ਦਿਓ ਫਿਰ ਆਪਾਂ ਬਸ ਘੁੰਮੀ ਜਾਣਾ ਠੀਕ ਹੈ ਜੀ ਤੁਹਾਡੀ ਗੱਡੀ ਦੇਖ ਕੇ ਤੁਹਾਨੂੰ ਪਛਾਣ ਲਿਆ ਕਰਿਓ ਬਸ ਰੋਕ ਲਿਆ ਕਰਿਓ ਰੋਕ ਕੇ ਮਿਲ ਲਿਆ ਕਰਿਓ ਮਿਲ ਲਿਆ ਠੀਕ ਹੈ ਜੀ ਅਤੇ ਹੋਰ ਕੁਛ ਕਹਿਣਾ ਚਾਹੋਗੇ ਦੇਖ ਲਓ ਨਹੀਂ ਅਤੇ ਚਲੋ ਜੀ ਅੱਜ ਆਪਾਂ ਵਲੌਗ ਇੱਥੇ ਹੀ ਕਰਦੇ ਹਾਂ ਐਂਡ ਅਤੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ ਵਲੌਗ ਠੀਕ ਹੈ ਜੀ
ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਨਹੀਂ ਕੁਝ ਹੋਰ ਤਾਂ ਨਹੀਂ ਕਹਿਣਾ ਸੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੀਂਹ ਪੈਂਦਾ ਅੱਜ ਤੁਹਾਡੇ ਮੜਾ ਮੜਾ ਹਾਂ ਅੱਜ ਦਾ ਮੌਸਮ ਕਿੰਨਾ ਘੈਂਟ ਸੀ ਨਾ ਬਸ ਮੀਂਹ ਨਾ ਪਵੇ ਬਾਬਾ ਕਰੇ ਕਿਉਂਕਿ ਇਹ ਕਣਕਾਂ ਕੁਣਕਾਂ ਸਾਰੇ ਨਹੀਂ ਚੱਕਣ ਵਾਲੀਆਂ ਪਈਆਂ ਆ ਉਹ ਬਸ ਇੱਕ ਵਾਰੀ ਚੱਕ ਹੋ ਜਾਣ ਫਿਰ ਕੋਈ ਚੱਕਰ ਨਹੀਂ ਹੈਗਾ ਠੀਕ ਆ ਜੀ ਤੇ ਚਲੋ ਫਿਰ ਬਾਏ ਬਾਏ ਟਾਟਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਹਾਂਜੀ ਤੇ ਇੱਕ ਗੱਲ ਮੈਂ ਹੋਰ ਕਹਿਣੀ ਸੀਗੀ ਜ਼ਰੂਰੀ ਗੱਲ ਕਿ ਮਤਲਬ ਅਸੀਂ ਹੁਣ ਮੰਨਣਾ ਨਹੀਂ ਹੈਗਾ ਇਹ ਤਾਂ ਰਿਐਲਿਟੀ ਆ ਕਿ ਅਸੀਂ ਵਲੌਗ ਬਣਾਉਂਦੇ ਹਾਂ ਹੈਨਾ ਤੁਹਾਨੂੰ ਕੋਈ ਮਤਲਬ ਡੇਲੀ ਵਲੌਗਸ ਦੇ ਵਿੱਚ ਕਿਸੇ ਵੀ ਵਲੌਗ ਦੇ ਵਿੱਚ ਤੁਹਾਨੂੰ ਸਾਡੀ ਕੋਈ ਗਲਤ ਗੱਲ ਲੱਗਦੀ ਹੋਵੇ ਹੈਨਾ ਹਾਂਜੀ ਤੁਸੀਂ ਸਾਨੂੰ ਕਮੈਂਟ ਬਾਕਸ ਕਰ ਦਿਆ ਕਰੋ ਕੋਈ ਚੱਕਰ ਨਹੀਂ ਹੈਗਾ ਜੋ ਵੀ ਕਹਿਣਾ ਹੁੰਦਾ ਕਹਿ ਦਿਆ ਕਰੋ ਕੁਝ ਵੀ ਲੁਕੋਇਆ ਨਾ ਕਰੋ ਕੋਈ ਵੀ ਕਿਸੇ ਦੇ ਵੀ ਦਿਲ 'ਚ ਗੱਲ ਹੁੰਦੀ ਵਿਆਹ ਚੀਜ਼ ਨਹੀਂ ਕਰਨੀ ਚਾਹੀਦੀ ਸੀਗੀ ਪਰ ਅਸੀਂ ਫਿਰ ਵੀ ਕੀਤੀ ਆ ਠੀਕ ਆ ਜੀ ਹਾਂਜੀ ਕਈ ਵਾਰ ਅਸੀਂ ਹੈ ਨਾ ਬਸ ਕੈਮਰਾ ਔਨ ਕੀਤਾ ਹੁੰਦਾ ਕਈ ਵਾਰ ਬੰਦੇ ਨੂੰ ਨਹੀਂ ਪਤਾ ਲੱਗਦਾ ਕਈ ਵਾਰ ਕੁਛ ਨਾ ਕੁਛ ਹੈ ਨਾ ਐਡ ਕਰਦੇ ਹਾਂ ਠੀਕ ਆ ਜੀ ਬਟ ਇੰਨਾ ਕੀ ਆ ਮੈਨੂੰ ਲੱਗਦਾ ਸਾਡੇ ਵਲੌਗ ਮਤਲਬ ਇਹ ਦੱਸ ਦਿਓ ਕਿ ਸਾਡੇ ਵਲੌਗ ਇਦਾਂ ਹੁੰਦੇ ਮਤਲਬ ਸਾਡੇ ਵਲੌਗ ਘੈਂਟ ਹੁੰਦੇ ਆ ਮਤਲਬ ਤੁਸੀਂ ਆਪਣੀ ਫੈਮਿਲੀ ਨਾਲ ਬਹਿ ਕੇ ਦੇਖ ਸਕਦੇ ਕੁਛ ਇਦਾਂ ਦਾ ਨਹੀਂ ਹੁੰਦਾ ਤੁਸੀਂ ਆਪਣੀ ਫੈਮਿਲੀਆਂ ਨਹੀਂ ਦੇਖ ਸਕਦੇ ਬਹਿ ਕੇ ਠੀਕ ਆ ਜੀ ਤੇ ਚਲੋ ਹੁਣ ਆਪਾਂ ਇੱਥੇ ਕਰਦੇ ਆ ਵਲੌਗ ਨੂੰ ਐਂਡ ਤੇ ਚੰਗਾ ਜੀ ਬਾਏ ਬਾਏ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਜ਼ਰੂਰ ਦੱਸਿਓ ਕਿਹੜੀ ਗੱਡੀ ਤਿੰਨਾਂ ਚੋਂ ਬੈਸਟ ਆ ਤੇ ਅੱਗੇ ਆਪਾਂ ਕਿਹੜੀ ਗੱਡੀ ਟੈਸਟ ਡਰਾਈਵ ਕਰੀਏ ਚੰਗਾ ਜੀ ਬਾਏ।